ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਬੜੇ ਵੱਡੇ ਪ੍ਰੋਗਰਾਮ ਜਿਹੜੇ ਨੇ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਉਲੀਕੇ ਗਏ ਨੇ। ਪਰ ਜਿਹੜੀ ਇੱਥੇ ਟੈਂਟ ਸਿਟੀ ਬਣਾਈ ਗਈ ਹੈ ਸ਼ਰਧਾਲੂਆਂ ਦੀ ਸੰਗਤਾਂ ਦੀ ਆਮਦ ਵਾਸਤੇ, ਉੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਾਣੀ ਫਿਰ ਗਿਆ ਹੈ, ਕਿਉਂਕਿ ਬੀਤੇ ਕੱਲ੍ਹ ਕਾਫੀ ਜ਼ਿਆਦਾ ਬਰਸਾਤ ਹੋਣ ਕਰਕੇ ਸਾਰੀ ਟੈਂਟ ਸਿਟੀ ਪਾਣੀ ਵਿੱਚ ਡੁੱਬ ਗਈ ਹੈ। ਤੁਹਾਨੂੰ ਦੱਸ ਦਈਏ ਕਰੀਬ ਕਰੀਬ ਇੱਥੇ 3500 ਲੋਕਾਂ ਦੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਤੁਸੀਂ ਦੇਖ ਸਕਦੇ ਹੋ ਸਾਰੀ ਟੈਂਟ ਸਿਟੀ ਪਾਣੀ ਵਿੱਚ ਡੁੱਬ ਗਈ ਹੈ। ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਜਿੰਨੇ ਵੀ ਇੰਤਜ਼ਾਮਾਤ ਸੀਗੇ ਉਹ ਇੰਤਜ਼ਾਮਾਤ ਹੁਣ ਪਾਣੀ ਵਿੱਚ ਧੁੱਲਦੇ ਨਜ਼ਰ ਆ ਰਹੇ ਨੇ। ਔਰ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਇੱਥੇ ਟੈਂਟ ਸਿਟੀ ਬਣਾਈ ਗਈ ਸੀ, ਪਰ ਟੈਂਟ ਸਿਟੀ ਦਾ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕੀ ਹੈ। ਜਿਹੜੇ ਸਮਾਗਮ ਸਥਲ ਵੀ ਨੇ ਉਹ ਵੀ ਪਾਣੀ ਵਿੱਚ ਡੁੱਬ ਚੁੱਕੇ ਨੇ। ਹੁਣ ਪ੍ਰਸ਼ਾਸਨ ਵਾਸਤੇ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਿਹੜੀ ਵੀ ਸੰਗਤ ਆਉਣੀ ਹੈ ਉਸ ਸੰਗਤ ਦੇ ਠਹਿਰਾ ਲਈ ਇਹ ਟੈਂਟ ਸਿਟੀ ਬਣਾਈ ਗਈ ਸੀ। ਪਰ ਫਿਲਹਾਲ ਤੱਕ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਹੀ ਇਹ ਪਾਣੀ ਜਿਹੜਾ ਹੈ ਕੱਲ੍ਹ ਤੱਕ ਇੱਥੋਂ ਨਿਕਲ ਸਕੇ, ਕਿਉਂਕਿ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਇੱਥੇ ਪਹੁੰਚਣਾ ਹੈ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ੁਰੂਆਤ ਕਰਨੀ ਹੈ। ਅਤੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਦੀ ਵੀ ਇੱਥੇ ਉਹ ਉਡੀਕ ਕੀਤੀ ਜਾ ਰਹੀ ਸੀ, ਪਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਰੇ ਇੰਤਜ਼ਾਮਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪਾਣੀ ਪਾਣੀ ਹੋ ਚੁੱਕੇ ਨੇ। ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੀਟਿੰਗ ਦਾ ਦੌਰ ਜਾਰੀ ਹੈ, ਪਰ ਜਿਸ ਹਿਸਾਬ ਨਾਲ ਬਰਸਾਤ ਹੋਈ ਹੈ, ਜਿਸ ਹਿਸਾਬ ਨਾਲ ਟੈਂਟ ਸਿਟੀ ਡੁੱਬੀ ਪਈ ਹੈ, ਸਮਾਗਮ ਸਥਲ ਵੀ ਡੁੱਬੇ ਪਏ ਨੇ, ਉਸ ਤਰ੍ਹਾਂ ਅਜਿਹਾ ਲੱਗਦਾ ਵੀ ਸ਼ਾਇਦ ਹੀ ਇੱਥੇ ਸੰਗਤ ਠਹਿਰਾ ਕਰ ਸਕੇਗੀ, ਤਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਆ ਪ੍ਰਸ਼ਾਸਨ ਵਾਸਤੇ ਵੀ। ਔਰ ਜਿੰਨੀ ਵੀ ਸੰਗਤ ਆਉਣੀ ਹੈ ਉਹਨੇ ਕਿੱਥੇ ਠਹਿਰਨਾ, ਬੜੀ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਹੁਣ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਇਸ ਪਾਣੀ ਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੱਗਦਾ ਨਹੀਂ ਵੀ ਇਹ ਪਾਣੀ ਜਿਹੜਾ ਹੁਣ ਇੱਕ ਦੋ ਦਿਨ ਇੱਥੋਂ ਨਿਕਲ ਸਕੂਗਾ। ਕੈਮਰਾ ਪਰਸਨ ਵਿਪਨ ਸ਼ਰਮਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।